ਭਾਜੀ ਮੈਂ ਜਿਆਦਾ ਟਾਈਮ ਤਾਂ ਨਹੀਂ ਹੋਇਆ ਤੁਹਾਨੂੰ ਸੁਣਦਿਆਂ ਨੂੰ, ਤੇ ਥੋੜਾ ਟਾਈਮ ਹੀ ਹੋਇਆ। ਬਹੁਤ ਵਧੀਆ ਲੱਗ ਰਿਹਾ ਭਾਜੀ। ਥੋੜੇ ਟਾਈਮ ਚ ਕਿੰਨਾ ਵਧੀਆ ਲੱਗਿਆ? ਇਹ ਮਤਲਬ ਪਹਿਲਾਂ ਘੱਗਾ ਸਾਹਿਬ ਨਾਲ ਜੁੜੇ ਹੋਏ ਸੀਗੇ ਜੀ। ਠੀਕ ਆ ਠੀਕ ਆ ਠੀਕ ਆ। ਹਾਂਜੀ, ਉਹਨਾਂ ਨਾਲ ਕਾਫੀ ਪਿੰਡ ਚ ਪ੍ਰਚਾਰ ਕਰਾਉਂਦੇ ਰਹੇ ਆ ਜੀ, ਤੇ ਹੁਣ ਯੂਟਿਊਬ ਤੇ ਤੁਹਾਡਾ ਸੁਣਿਆ ਤੇ ਕਾਫੀ ਵਧੀਆ ਲੱਗਿਆ ਜੀ। ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਬਦਲ ਗਿਆ ਭਾਜੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਤੇ ਭਾਜੀ ਇੱਕ ਰੌਲਾ ਬਹੁਤ ਪਾ ਰਹੇ ਨੇ ਸਾਡੀ ਕੌਮ ਤੇ ਵੀ ਸਿੱਖ ਵੱਖਰੀ ਕੌਮ ਹੈਗੀ ਹੈ। ਤੇ ਮੈਂ ਭਾਜੀ ਚਲਾ ਰਿਹਾ ਗਰੇਵਾਲ ਮੈਰਿਜ ਬਿਊਰੋ, ਤੇ 95% ਆਪਣੇ ਪਰਿਵਾਰ ਨਾ ਜੀ ਪੰਡਤਾਂ ਤੋਂ ਬਿਨਾਂ ਪੁੱਛੇ ਤੋਂ ਰਿਸ਼ਤਾ ਨਹੀਂ ਕਰਦੇ ਜੀ। ਉਹ ਸਾਰੇ ਗੁਣ ਮਿਲਾ ਕੇ ਹੀ ਕਰਦੇ ਨੇ ਜੀ। ਸਮਾਂ ਮੇਰੀ ਵੀ ਜਿੰਨੀ ਮਿਹਨਤ ਕਰੀ ਹੁੰਦੀ ਹੈ ਨਾ ਜੀ, ਉਹ ਭੱਜ ਨੱਠ ਕਰਕੇ ਰਿਸ਼ਤਾ ਨੇੜੇ ਲਾਈਦਾ, ਤੇ ਉੱਤੋਂ ਇਹ ਫਿਰ ਪੁਜਾਰੀ ਬਹਿ ਜਾਂਦੇ ਨੇ ਸਿਰ ਤੇ ਆ ਕੇ ਭੱਠਾ ਬਿਠਾ ਦਿੰਦੇ ਨੇ ਜੀ। ਨਹੀਂ ਨਹੀਂ, ਉਹਨਾਂ ਦੇ ਕੋਲ ਲੌਜਿਕ ਆ ਯਾਰ, ਜਿਹੜਾ ਨਾ ਜਿਹੜਾ ਜਿਹੜਾ ਬ੍ਰਹਮ ਤੁਸੀਂ ਨਾ ਕਦੇ ਉਹਨਾਂ ਦੇ ਰਾਸ਼ੀ ਫਲ ਜਿਹੜੇ ਆ ਉਹ ਸੁਣ ਕੇ ਦੇਖਿਓ ਯੂਟਿਊਬ ਤੇ ਜਾ ਕੇ। ਹਾਂਜੀ, ਉਹ ਨਾ ਉਹ ਇੰਨੇ ਦਿਮਾਗੀ ਆ, ਏਦਾਂ ਨੇੜੇ ਨੇੜੇ ਦੀ ਗੱਲ ਦੱਸ ਦਿੰਦੇ ਤੁਹਾਨੂੰ ਜਾਣੀ। ਹਾਂਜੀ ਹਾਂਜੀ, ਕਿ ਸਾਈਕੋਲੋਜੀਕਲੀ ਉਹ ਬੰਦੇ ਬਹੁਤ ਸਟਰੋਂਗ ਆ ਸਾਡੇ ਨਾਲੋਂ, ਪੜ੍ਹੇ ਲਿਖੇ ਆ। ਵਾਕਈ ਜੀ, ਸਾਡਾ ਆਪਣਾ ਵਿਕਾਸ ਨਹੀਂ ਹੋਇਆ ਵੈਸੇ ਹੀ ਸਾਨੂੰ, ਅਸੀਂ ਤਾਂ ਨਾ ਰੇਡੀਓ ਤੇ ਤਜਰਬਾ ਕਰਕੇ ਦੇਖਿਆ, ਸਾਡੇ ਲੋਕਾਂ ਨੂੰ ਤਾਂ ਕੋਈ ਲੁੱਟਣੇ ਵਾਲਾ ਹੋਵੇ ਜਾਣੀ, ਕੋਈ ਇੰਨਾ ਲੁੱਟ ਸਕਦਾ ਨਾ ਜਾਣੀ। ਹਾਂਜੀ ਠੀਕ ਹੈ, ਕਿਉਂਕਿ ਹੈ ਨੀ ਆਪਣੇ ਕੋ, ਦੋ ਚਾਰ ਗੱਲਾਂ ਹੋਈਆਂ ਬੰਦੇ ਨੂੰ ਲੱਗਦਾ ਨਹੀਂ ਯਾਰ ਇਹਨੂੰ ਬਹੁਤ ਪਤਾ ਆ ਇਹਨੂੰ। ਸਹੀ ਗੱਲ ਹੈ ਜੀ, ਸਹੀ ਗੱਲ। ਠੀਕ ਹੈ ਜੀ, ਹੁਣ ਜਦੋਂ ਟੀਵੀ ਵਾਲਾ ਜਿਹੜਾ ਉਹ ਤਾਂ ਜਾਣਦਾ ਬਹੁਤ ਹੁੰਦਾ। ਬਿਲਕੁਲ ਜੀ, ਇਸ ਕਰਕੇ ਉਹ ਤਾਂ ਤੁਸੀਂ ਛੱਡ ਦਿਓ। 5% ਵੀ ਜਿਹੜੇ ਤੁਸੀਂ ਛੱਡੇ ਆ ਨਾ, ਉਹ ਵੀ ਇਦਾਂ ਹੋਣੇ ਆ ਗੁਰਦੁਆਰੇ ਦੇ ਗ੍ਰੰਥੀ ਤੋਂ ਪੱਤਰੀ ਘਲਾਉਂਦੇ ਹੋਣੇ ਆ। ਸਹੀ ਸਹੀ ਹੈ ਜੀ, ਸਹੀ ਹੈ। ਹੁਣੇ ਹੁਣੇ ਉਹ ਵੀ ਪੁੱਛਦੇ ਹੀ ਆ, ਕਿਉਂਕਿ ਸਾਨੂੰ ਸਾਨੂੰ ਨਾ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਨਹੀਂ ਹੈਗਾ, ਫੈਸਲਾ ਲੈਣ ਲਈ ਅਸੀਂ ਆਪਣੇ ਆਪ ਚ ਇੰਨੇ ਸ਼ਕਤੀਸ਼ਾਲੀ ਨਹੀਂ ਹੋਏ ਜੀ, ਅਸੀਂ ਪਛਤਾਵੇ ਚ ਜੀਣ ਗਿੱਜੇ ਹੋਵਾਂ। ਬਿਲਕੁਲ, ਸਾਡਾ ਪੰਜਾਬੀਆਂ ਦੇ ਸੁਭਾਅ ਦੀ ਇਹ ਕਮਜ਼ੋਰੀ ਆ, ਜਿੱਥੇ ਮਰਜ਼ੀ ਹੋਈਏ ਅਸੀਂ ਸਾਨੂੰ ਇਦਾਂ ਲੱਗਦਾ ਹੁੰਦਾ ਜਿਹੜਾ ਕੰਮ ਰਹਿ ਗਿਆ ਨਾ ਪਿੱਛੇ। ਹੁਣ ਜਿਹੜੇ ਬੰਦੇ ਦਾ ਮੰਨ ਲਓ ਆਸਟ੍ਰੇਲੀਆ ਚ ਰਿਸ਼ਤਾ ਹੋ ਗਿਆ, ਹਾਂਜੀ ਉਹਨੂੰ ਸਾਰੀ ਉਮਰ ਇਦਾਂ ਲੱਗੀ ਜਾਣਾ ਵੀ ਯਾਰ ਜਿਹੜਾ ਕੈਨੇਡਾ ਚ ਰਿਸ਼ਤਾ ਹੁੰਦਾ ਸੀ ਜੇ ਕਿਤੇ ਉੱਥੇ ਹਾਂ ਕਰ ਦਿੰਦਾ ਮੈਂ, ਸਾਰੀ ਉਮਰ ਕਦੇ ਨੀ ਇਦਾਂ ਸੋਚਦੇ ਵੀ ਨਹੀਂ ਯਾਰ ਹੁਣ ਆਹ ਜਿਹੜੀ ਜ਼ਿੰਦਗੀ ਹੈ ਦਾ ਆਨੰਦ ਮਾਣੀਏ, ਮੇਰੇ ਕੋਲ ਕੀ ਆ, ਮੈਂ ਕੀ ਕਰ ਸਕਦਾ ਸਮਾਜ ਦੇ ਲਈ, ਬਸ ਲਾਵਾਂ ਜ਼ੋਰ ਮੈਂ ਆਪਣਾ। ਬਿਲਕੁਲ, ਸਾਰੀ ਜ਼ਿੰਦਗੀ ਪਛਤਾਵੇ ਚ ਜੀਨੇ ਆ, ਸਾਰੀ ਜ਼ਿੰਦਗੀ ਪਛਤਾਵੇ ਚ ਜੀਨੇ ਆ ਅਸੀਂ। ਸਹੀ ਹੈ ਜੀ, ਠੀਕ ਹੈ। ਇੱਕ ਸਾਨੂੰ ਇਹ ਬੜਾ ਵਹਿਮ ਆ ਵੀ ਮੈਂ ਬਹੁਤ ਚੰਗਾ ਆ ਜੀ, ਜੋ ਮੈਂ ਸੋਚ ਰਿਹਾ ਜਿਹੜੀ ਗੱਲ ਮੇਰੇ ਦਿਮਾਗ ਚ ਆ ਰਹੀ ਹੈ ਉਹਦੇ ਪਿੱਛੇ ਲੌਜਿਕ ਆ, ਜਿਹੜੀ ਬਾਕੀ ਦੁਨੀਆ ਆ ਇਹ ਮੈਨੂੰ ਲੁੱਟਣ ਲਈ ਪੈਦਾ ਹੋਈ ਆ ਜੀ, ਮੇਰੇ ਦੁਸ਼ਮਣ ਆ ਸਾਰੇ। ਹੁਣ ਇਹ ਇਹ ਜਿੰਨਾ ਚਿਰ ਇਸ ਬਿਰਤੀ ਵਿੱਚੋਂ ਨਹੀਂ ਨਿਕਲਦੇ ਉਨਾ ਚਿਰ ਗਾਹਾਂ ਵਿਕਾਸ ਨਹੀਂ ਹੋਣਾ। ਦੁਨੀਆ ਬਹੁਤ ਚੰਗੀ ਆ, ਸਾਰੀ ਦੁਨੀਆ ਨੂੰ ਫਿਕਰ ਵੀ ਨਹੀਂ ਹੈਗਾ, ਉਹ ਤਾਂ ਆਪਣੇ ਕੰਮ ਚ ਲੱਗੀ ਹੋਆ। ਬਿਲਕੁਲ ਹਨਾ, ਸਾਨੂੰ ਤਾਂ ਤੁਰ, ਅਸੀਂ ਕਿਤੇ ਨੂੰ ਚੱਲੀਏ, ਅਸੀਂ ਤੁਰਨ ਲੱਗੀਏ ਮੰਨ ਲਓ, ਹਾਂਜੀ ਤਿਆਰ ਹੋਏ ਹਾਂ ਤੇ ਮੀਂਹ ਪੈ ਗਿਆ ਜੀ, ਅਸੀਂ ਰੱਬ ਨੂੰ ਗਾਲਾਂ ਕੱਢਣ ਲੱਗ ਪੈਂਦੇ, ਪਹਿਲੇ ਹੁਣੇ ਪਾਉਣਾ ਸੀ ਮੀਂਹ ਜਾਣੀ। ਮਤਲਬ ਸਾਨੂੰ ਇਹ ਲੱਗਦਾ ਵੀ ਮੀਂਹ ਮੇਰੇ ਨਾਲ ਦੁਸ਼ਮਣੀ ਲੈਣ ਲਈ ਆਇਆ, ਇਦਾਂ ਦੁਸ਼ਮਣੀ ਲੈਣ ਲਈ ਆਇਆ। ਹਾਂਜੀ, ਮੈਂ ਤਾਂ ਬਦਲਾ ਲੈਣਾ ਪਈ ਤੂੰ, ਇਹਨੂੰ ਮੈਂ ਚੰਗਾ ਨਹੀਂ ਲੱਗਾ ਤਿਆਰ ਹੋਇਆ, ਹੁਣ ਮੈਨੂੰ ਭੇਣਾ ਚਾਹੁੰਦਾ ਇਹ। ਬਿਲਕੁਲ ਜੀ, ਹਨਾ, ਜਦਕਿ ਹਾਲਾਂਕਿ ਅਸੀਂ ਤਿਆਰ ਰਹੀਏ ਵੀ ਹਾਂ ਜਿਹੜੇ ਮੈਂ ਕੰਟਰੀ ਚ ਰਹਿਣਾ ਉੱਥੇ ਕਦੇ ਵੀ ਮੀਂਹ ਆ ਜਾਂਦਾ ਛੱਤਰੀ ਕੋਲ ਰੱਖਾਂ, ਗੱਡੀ ਨੂੰ ਨੇੜੇ ਖੜਾ ਕਰਾਂ, ਘਰ ਆਪਣਾ ਇੰਟਰਨਲ ਗਰਾਜ ਵਾਲਾ ਲਵਾਂ, ਉਸ ਹਿਸਾਬ ਨਾਲ ਬਸ ਤਿਆਰੀ ਹੋਵੇ ਸਾਡੀ। ਬਿਲਕੁਲ ਜੀ, ਬਿਲਕੁਲ। ਹੁਣ ਹੈ ਗੱਲਾਂ ਜੇ ਟਾਈਮ ਲੱਗਣਾ ਵੀਰਾ, ਚਲੋ ਥੈਂਕ ਯੂ ਵੀਰੇ। ਤੇ ਇੱਕ ਭਾਜੀ ਹੋਰ ਕਰਨੀ ਸੀ ਛੋਟੀ ਜੀ ਵਿਚਾਰ। ਹਾਂਜੀ, ਇੱਕ ਨਾ ਜੀ ਪੁਰਾਣੇ ਆਪਾਂ ਟਾਈਮ ਬਜ਼ੁਰਗਾਂ ਨੂੰ ਦੇਖਦੇ ਆ ਤੇ ਉਹ ਹੁਣ ਜਿੱਦਾਂ ਦਾ ਰਹਿਣ ਸਹਿਣ ਸੀਗਾ ਜੀ ਉਹਨਾਂ ਦਾ, ਉਹ ਤਾਂ ਸਾਰਾ ਕੁਛ ਅਸੀਂ ਛੱਡ ਚੁੱਕੇ ਆ ਜੀ, ਅੱਜ ਨਵਾਂ ਅਪਣਾ ਚੁੱਕੇ ਆ। ਜਿਵੇਂ ਹੁਣ ਬਜ਼ੁਰਗ ਖੂਹਾਂ ਤੋਂ ਪਾਣੀ ਭਰਦੇ ਭਰਦੇ ਜੀ, ਅੱਜ ਅਸੀਂ ਦੇਖੋ ਫਿਲਟਰਾਂ ਟੂਟੀਆਂ ਤੱਕ ਪਹੁੰਚ ਗਏ ਜੀ, ਪੱਤਿਆਂ ਤੋਂ ਮਨੁੱਖ ਸ਼ੁਰੂ ਹੋਇਆ ਤੇ ਰੇਸ਼ਮ ਪਹਿਨਦਾ ਜੀ ਅੱਜ, ਤੇ ਡੰਗਰਾਂ ਦੀ ਸਵਾਰੀ ਕਰਦੇ ਕਰਦੇ ਲਗਜ਼ਰੀ ਗੱਡੀਆਂ ਜਹਾਜ਼ਾਂ ਤੱਕ ਪਹੁੰਚ ਗਿਆ ਜੀ ਮਨੁੱਖ, ਤੇ ਚਾਦਰਾ ਵੀ ਭਾਜੀ ਉਦੋਂ ਦੀ ਉਹ ਕਾਢ ਹੈਗੀ ਆ ਜਦੋਂ ਮਨੁੱਖ ਨੂੰ ਸਿਉਣਾ ਨਹੀਂ ਸੀ ਆਉਂਦਾ। ਤੇ ਭਾਜੀ ਇੱਕ ਇਹ ਆ ਵੀ ਉਹ ਸਾਰਾ ਕੁਛ ਤਾਂ ਅਸੀਂ ਸਾਰਾ ਅਪਣਾ ਲਿਆ ਹੈਗਾ, ਵੀ ਜਿਹੜਾ ਨਾਲਾ ਹੈਗਾ ਜੀ ਇਹਨੂੰ ਕਿਉਂ ਨੀ ਛੱਡਿਆ, ਲਾਸਟਿਕ ਕਿਉਂ ਨੀ ਅਪਣਾਈ ਜੀ, ਉਹ ਨੀ ਛੱਡ ਰਹੇ।
ਜਿਹੜੀ ਨਾ ਉਹ ਵੀ ਤਾਂ ਪੁਰਾਣਾ ਹੀ ਆ ਜੀ। ਕਪੂਰ ਕਹਿੰਦਾ ਵੀ ਜਿਹੜੀ ਮਰਿਆਦਾ ਹੈ ਨਾ, ਮਰਿਆਦਾ, ਹਾਂਜੀ ਮਰਿਆਦਾ ਸ਼ਬਦ ਦੇ ਵਿੱਚ ਬਹੁਤ ਤਾਕਤ ਆ। ਠੀਕ ਹੈ ਜੀ, ਇੰਨੀ ਤਾਕਤ ਆ ਭਈ ਭਈ ਜੇ ਮਰਿਆਦਾ ਦੇ ਵਿੱਚ ਆ ਜਾਏ ਨਾ ਕੋਈ ਜੀ, ਉਹਦੀਆਂ ਜੁੱਤੀਆਂ ਵੀ ਪੂਜਣ ਯੋਗ ਬਣ ਜਾਂਦੀਆਂ ਬਣ ਜਾਂਦੀਆਂ ਨੇ। ਉਹ ਜਿੱਥੇ ਟੋਇਲਟ ਜਾਂਦਾ ਉਹਨੂੰ ਵੀ ਮੱਥੇ ਟਿਕਦੇ ਆ, ਟਿਕਦੇ ਨੇ ਜੀ ਬਿਲਕੁਲ। ਠੀਕ ਆ, ਤੇ ਤੁਸੀਂ ਕਹਿੰਦੇ ਆ ਵੀ ਨਾਲਾ ਮਰਿਆਦਾ ਚ ਆ ਗਿਆ ਹੁਣ। ਠੀਕ ਹੈ ਜੀ, ਉਹ ਉਹ ਜਿਹੜਾ ਕਛਹਿਰੇ ਦਾ ਘੇਰਾ ਆ ਨਾ ਉਹ ਮਰਿਆਦਾ ਦੇ ਵਿੱਚ ਆ ਗਿਆ ਜੀ। ਠੀਕ ਹੈ, ਇਸ ਕਰਕੇ ਹਰੇਕ ਬੰਦਾ ਜਿਹੜਾ ਆ ਉਹ ਚਾਹੁੰਦਾ ਵੀ ਕਿਤੇ ਮੇਰੇ ਕੋਲੋਂ ਪਾਪ ਨਾ ਹੋ ਜਾਏ ਕੋਈ। ਅੱਛਾ ਜੀ, ਹਾਂ ਮੈਂ ਮਰਿਆਦਾ ਨਾ ਕਿਤੇ ਤੋੜ ਦਿਆਂ, ਕਿਉਂਕਿ ਮਰਿਆਦਾ ਦੇ ਵਿੱਚ ਰਹਿਣਾ ਹੀ ਤਾਂ ਜ਼ਿੰਦਗੀ ਆ। ਨਾ ਨਾ, ਸਾਡੇ ਇੱਥੇ ਨਾ ਇੱਕ ਉਹ ਬਹੁਤ ਮਰਿਆਦਾ ਚ ਰਹਿੰਦਾ ਸੀਗਾ, ਉਹ ਆਇਆ ਇੰਡੀਆ ਤੋਂ ਨਵਾਂ ਨਵਾਂ ਸਾਲਕ ਦੇ ਵਿੱਚ, ਇੱਕ ਟਕਸਾਲੀ ਸੀ ਇੱਕ ਅਖੰਡ ਕੀਰਤਨੀ ਜਥੇਦਾਰ ਸੀ। ਅੱਛਾ ਜੀ, ਉਹ ਇੰਡੀਆ ਤੋਂ ਨਵੇਂ ਨਵੇਂ ਆਏ, ਦਸ ਗ੍ਰੰਥ ਪੜ੍ਹਦੇ ਆਏ ਉੱਥੋਂ, ਚਰਿੱਤਰ ਚਰੁੱਤਰ ਜਿਹੜੇ ਕਰਦੇ, ਇੱਥੇ ਆ ਕੇ ਉਹਨੂੰ ਪਤਾ ਲੱਗਾ ਵੀ ਇੱਥੇ ਜਗ੍ਹਾ ਆ ਕੇ ਰੋਡ ਕਰਕੇ ਕਹਿੰਦੇ ਆ, ਰੋਡ ਦਾ ਨਾਂ ਤਾਂ ਵੱਡਾ ਉਹਦਾ ਕੇ ਕਰਕੇ ਛੋਟਾ ਨਾਂ ਆ ਜੀ। ਉੱਥੇ ਉਹ ਕੋਠੇ ਜਿਹੜੇ ਬਣੇ ਹੁੰਦੇ ਆ, ਅੱਜ ਤੋਂ 30-35 ਸਾਲ ਦੀ ਗੱਲ ਆ, ਉਹ ਕੋਠੇ ਕੁੱਠੇ ਬਾਬਾ ਕੇ ਰੋਡ ਬੜੀ ਮਸ਼ਹੂਰ ਸੀ ਇਸ ਗੱਲ ਲਈ। ਉਹ ਇੱਕ ਜਣਾ ਕਿਤੇ ਜਾ ਕੇ ਪਤਾ ਪਤਾ ਕਰਿਆ ਤੇ ਦੂਜੇ ਨੂੰ ਕਹਿੰਦਾ ਵੀ ਚੱਲੀਏ, ਹਾਂਜੀ ਤੇ $100 ਲੱਗਦਾ। ਉਹ ਕਹਿੰਦਾ ਮੇਰੇ ਕੋਲ 100 ਹੈ ਨੀ। ਉਹ ਕਹਿੰਦਾ ਕੋਈ ਨੀ, ਧਾਰਾ ਦੇ ਦੂ ਮੈਂ ਬਾਅਦ ਚ ਦੇ ਦੇਈ ਮੈਨੂੰ ਤੂੰ ਜੀ। ਉਹ ਲੈ ਗਿਆ, ਚਾ ਰੌਲਾ ਰੂਲਾ ਪੈ ਉਹਨਾਂ ਆ ਕੇ, ਉਹ ਮੁੜ ਕੇ ਜਿਹੜਾ ਲੈ ਕੇ ਗਿਆ ਸੀ ਉਹ ਥੋੜਾ ਜਿਹਾ ਬਦਨਾਮ ਸੀ ਜੀ। ਤੇ ਹੁਣ ਗੁਰਦੁਆਰੇ 20-25 ਪਰਿਵਾਰ ਸੀ, ਸਾਰੇ ਜਾਣਦੇ ਸੀ ਇੱਕ ਦੂਜੇ ਨੂੰ ਜੀ। ਹੁਣ 2-4 ਵਾਰੀ ਘਰੇ ਫੋਨ ਕਰਿਆ ਬਹਾਨੇ ਨਾਲ, ਮਿਲਣ ਗਿਆ, ਬੂਹਾ ਖੜਕਾਇਆ ਵੀ ਮੈਂ ਮਿਲਣਾ ਉਹਨੂੰ, ਉਹ ਘਰਦਿਆਂ ਨੂੰ ਸ਼ੱਕ ਪੈ ਗਈ ਜੀ। ਇਹ ਕਾਤੇ ਆਉਂਦਾ ਉਹਨੂੰ ਪੁੱਛਿਆ, ਕਹਿੰਦੇ ਕੀ ਗੱਲ? ਉਹ ਕਹਿੰਦਾ ਮੈਂ $100 ਲੈਣਾ। ਉਹ ਕਹਿੰਦੇ ਵੀ ਦੱਸ, ਅਸੀਂ ਖਰਚਾ ਦਿੰਦੇ, ਸਾਡੇ ਕੋਲ ਰਹਿੰਦਾ ਤੇ ਤੂੰ $100 ਕਾਤੇ ਲੈ ਲਿਆ ਉਹਨੇ ਜੀ। ਉਹ ਗਾਹਾਂ ਗੱਲ ਨਿਕਲਿਆ ਵੀ ਕੇ ਰੋਡ ਤੇ ਗਈ ਸੀ। ਅੱਛਾ ਜੀ, ਜਦੋਂ ਉਹਨੂੰ ਪੁੱਛਿਆ ਵੀ ਭਾਈ ਤੂੰ ਤਾਂ ਮਰਿਆਦਾ ਚ ਰਹਿੰਦਾ ਜੀ, ਤੂੰ ਉੱਥੇ ਚਲ ਗਿਆ? ਉਹ ਕਹਿੰਦਾ ਮਰਿਆਦਾ ਨੀ ਤੋੜੀ, ਕਛਹਿਰਾ ਲੱਤ ਨਾਲ ਬੰਨ ਕੇ ਰੱਖਿਆ ਸੀ ਮੈਂ। ਹਾਂ, ਇਸ ਕਰਕੇ ਮਰਿਆਦਾ ਆਪਣੇ ਆਪ ਚ ਵੀਰਾ ਇੰਨੀ ਸ਼ਕਤੀਸ਼ਾਲੀ ਆ ਨਾ, ਜਿੱਥੇ ਇਹਦਾ ਗਲਬਾ ਪੈ ਜਾਏ ਬਸ ਛੱਡ ਦਿਓ ਤੁਸੀਂ। ਸਹੀ ਗੱਲ ਆ ਜੀ, ਸਹੀ ਗੱਲ ਆ। ਠੀਕ ਆ, ਚਲੋ ਠੀਕ ਆ ਭਾਜੀ, ਬਹੁਤ ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ।